ਆਲਮੀ ਹਫ਼ਤਾ ਐਲਰਜੀ ਦੀ ਮੁਨਾਸਬਤ ਨਾਲ ਇਸਲਾਮਾਬਾਦ ਵਿੱਚ ਨਿੱਜੀ ਤਨਜ਼ੀਮ ਵੱਲੋਂ ਫ੍ਰੀ ਐਲਰਜੀ ਕੈਂਪ ਅਤੇ ਐਲਰਜੀ ਤੋਂ ਆਗਾਹੀ ਵਾਸਤੇ ਸੈਮੀਨਾਰ ਦਾ ਇਨਕਾਦ ਕੀਤਾ ਗਿਆ। ਸੈਮੀਨਾਰ ਵਿੱਚ ਡੀ ਜੀ ਹੈਲਥ ਡਾਕਟਰ ਹਸਨ ਅਰੂਜ, ਪਾਈਸ ਦੇ ਸਦਰ ਡਾਕਟਰ ਸ਼ਾਹਿਦ ਅਬਾਸ, ਡਾਕਟਰ ਰੁਬਾਬ ਅਤੇ ਜਵੇਦ ਮਲਕ ਹੋਰਾਂ ਸਮੇਤ ਜ਼ਿੰਦਗੀ ਦੇ ਮੁਖਤਲਿਫ ਸ਼ੋਬਿਆਂ ਤੋਂ ਤਾਲੁਕ ਰੱਖਣ ਵਾਲੀ ਸ਼ਖਸੀਅਤ ਨੇ ਪਰਵੀਨ ਰਲਤ ਕੀਤੀ। ਸੈਮੀਨਾਰ ਨਾਲ ਖਿਤਾਬ ਕਰਦਿਆਂ ਹੋਇਆਂ ਮੁਕਰਰੀਨ ਦਾ ਆਖਣਾ ਸੀ ਕਿ ਐਲਰਜੀ ਇੱਕ ਜਾਨਲੇਵਾ ਮਰਜ਼ ਹੈ ਅਤੇ ਇਹਦੇ ਖਾਤਮੇ ਲਈ ਹਕੂਮਤ ਵੱਲੋਂ ਸੰਜੀਦਾ ਇਕਦਾਮਾਤ ਦੀ ਅਸ਼ਦ ਜ਼ਰੂਰਤ ਹੈ। ਇਸ ਮੌਜੀ ਮਰਜ਼ ਦਾ ਖਾਤਮਾ ਇਸੇ ਸੂਰਤ ਵਿੱਚ ਮੁਮਕਿਨ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਮਿਲ ਕੇ ਐਲਰਜੀ ਦੇ ਖਾਤਮੇ ਲਈ ਆਪਣਾ ਭਰਵਾਂ ਕਿਰਦਾਰ ਅਦਾ ਕਰੇ। ਇਸ ਮੌਕੇ 'ਤੇ ਡਾਕਟਰ ਸ਼ਾਹਿਦ ਅਬਾਸ ਹੋਰਾਂ ਨੇ ਇਹ ਇਨਕਸ਼ਾਫ ਵੀ ਕੀਤਾ ਕਿ ਪਾਕਿਸਤਾਨ ਵਿੱਚ ਪੋਲਨ ਐਲਰਜੀ ਦੇ ਨਾਲ ਨਾਲ ਗਜ਼ਾਈ ਐਲਰਜੀ ਵੀ ਖੌਫਨਾਕ ਹੱਦ ਤੱਕ ਵੱਧ ਚੁੱਕੀ ਹੈ ਅਤੇ ਗਜ਼ਾਈ ਐਲਰਜੀ ਵਿੱਚ ਸਭ ਤੋਂ ਜ਼ਿਆਦਾ ਗੰਦਮ ਯਾਨੀ ਕਣਕ ਤੋਂ ਪੈਦਾ ਹੋਣ ਵਾਲੀ ਐਲਰਜੀ ਦੇ ਕੇਸ ਸਾਹਮਣੇ ਆ ਰਹੇ ਨੇ। ਅਸਗਰ ਅਲੀ, ਭੁਲੇਖਾ ਟੀ ਵੀ, ਇਸਲਾਮਾਬਾਦ।